ओम शांति ਅੱਜ ਹੈ 10 3 2022 ਦੀ ਸਾਕਾਰ ਮੁਰਲੀ ਅੱਜ ਬਾਬਾ ਨੇ ਆਖਿਆ ਮੀਠੇ ਬੱਚੇ ਭਗਵਾਨ ਆਏ ਸੰ ਜਿਸ ਭਗਵਾਨ ਨੂੰ ساری ਦੁਨੀਆ ਯਾਦ ਕਰਦੀ ਹੈ ਉਹ ਹੁਣ ਸਾਡੇ ਸੱਮੁਖ ਬੈਠਾ ਹੈ ਤੁਸੀਂ ਇਹੋ ਜੇ ਬਾਪ ਨਾਲ ਪੂਰਾ ਵਰਸਾ ਲੈ ਲਿਓ ਉਸ ਨੂੰ ਭੁੱਲੋ ਮਤ ਪ੍ਰਸ਼ਨ ਹੈਗਾ ਬਾਪ ਦੀ ਸ਼੍ਰੀਮਤ ਤੇ yatharth ਚੱਲਣ ਦੀ ਸ਼ਕਤੀ ਕਿਣ ਬੱਚਿਆਂ ਕੋਲ ਹੁੰਦੀ ਹੈ ਉੱਤਰ ਹੈਗਾ ਜਿਹੜੇ ਬੱਚੇ ਆਪਣੇ ਆਪ ਜੀ ਦਾ ਸੱਚਾ ਸੱਚਾ ਪੋਤਾ ਮੇਲ ਬਾਪ ਨੂੰ ਸੁਣਾਉਂਦੇ ਹਨ ਜਿਹੜੇ ਹਰ ਕਦਮ ਵਿੱਚ ਬਾਪ ਦੀ ਰਾਏ ਲੈਂਦੇ ਹਨ ਬਾਪ ਦੀ ਰਾਏ ਲਿੱਤੀ ਔਰ ਉਸ ਤੇ ਚੱਲਣ ਦੀ ਸ਼ਕਤੀ ਫਿਰ ਮਿਲ ਜਾਂਦੀ ਹੈ ਬਾਪ ਬੱਚਿਆਂ ਨੂੰ ਸ਼੍ਰੀਮਤ ਦਿੰਦੇ ਹਨ ਬੱਚੇ ਇਹੋ ਜੀ ਕਮਾਈ ਕਰੋ ਉਸ ਕਮਾਈ ਦੇ ਪਿੱਛੇ ਇਹ ਕਮਾਈ ਮਿਸ ਨਾ ਕਰਿਓ ਕਿਉਂਕਿ ਉਹ ਪਾਈ ਪੈਸੇ ਦੀ ਸਾਰੀ ਕਮਾਈ ਹੈਗੀ ਜਿਹੜੀ ਖਤਮ ਹੋਣ ਵਾਲੀ ਹੈ ਹਰ ਗੱਲ ਵਿੱਚ ਸ਼੍ਰੀਮਤ ਲੈਂਦੇ ਰਹੋ ਅਤੇ ਖਬਰਦਾਰ ਰਹੋ ਸੰਭਲ ਕੇ ਚੱਲੋ ਆਪਣੀ ਮਤ ਤੇ ਨਹੀਂ ਚੱਲਣਾ ਗੀਤ ਹੈਗਾ ਛੱਡ ਵੀ ਦੇ ਆਕਾਸ਼ ਸਿਹਾਸਨ ਓਮ ਸ਼ਾਂਤੀ ਹੁਣ ਬੱਚੇ ਸਮੁਖ ਬੈਠੇ ਹਨ ਕਿਸ ਦੇ ਬੇहद ਦੇ ਬਾਪ ਅਤੇ ਦਾਦਾ ਦੇ ਇਹ ਵੱਡੀ ਵੰਡਰਫੁਲ ਚੀਜ਼ ਹੈ ਬੇਹਦ ਦਾ ਬਾਪ ਪਰਮ ਪਿਤਾ ਪਰਮਾਤਮਾ ਅਤੇ ਫਿਰ ਬੇਹਦ ਦਾਦਾਦਾ প্রজাপতি ਬ੍ਰਹਮਾ ਦੋਵਾਂ ਦੇ ਸੱਮੁਖ ਬੈਠੇ ਆਂ ਕੋਣ ਬੈਠਾ ਹੈ ਬੱਚੇ ਬੈਠੇ ਹਨ ਤੇ ਇਹ ਤੇ ਜਿਵੇਂ कुटुंब ਹੋ ਗਿਆ ਇਹ ਈਸ਼ਵਰੀਏ ਪਰਿਵਾਰ ਹੈਗਾ ਬੇਹਦ ਦਾ ਬਾਪ ਬੈਠ ਬੱਚਿਆਂ ਨੂੰ ਪੜ੍ਹਾ ਰਹੇ ਸਨ ਅਥਵਾ ਸਹਜ ਰਾਜਯੋਗ ਸਿਖਾ ਰਹੇ ਸਨ ਐ ਬੁੱਧੀ ਵਿੱਚ ਰਵੇ ਤਾਂ ਖੁਸ਼ੀ ਦਾ ਪਾਰਾ ਵੀ ਛੜਿਆ ਰਵੇ ਗੀਤ ਵਿੱਚ ਵੀ ਆਖਿਆ ਗਿਆ ਹੈ ਬਾਬਾ ਆਏ ਹਨ ਇਸ ਦੁੱਖ ਧਾਮ ਤੋਂ ਛੁਡਾ ਕੇ ਸਾਨੂੰ ਸੁਖ ਧਾਮ ਚ ਲੈ ਜਾਣ ਦੇ ਲਈ ਆਵਾਨ ਵੀ ਉਸ ਦਾ ਹੀ ਕਰਦੇ ਹਨ ਇੱਥੇ ਤੇ ਸਮੁਖ ਬੈਠੇ ਹਨ ਤੁਸੀਂ ਜਾਣਦੇ ਹੋ ਬੇहद ਦਾ ਬਾਪ ਇਸ ਦਾਦਾ ਦੇ ਦੁਆਰਾ ਸਾਨੂੰ ਪੜ੍ਹਾ ਰਹੇ ਸਨ ਬੱਚਿਆਂ ਵਿੱਚ ਵੀ ਨੰਬਰ ਵਾਰ પુરੁਸ਼ਾਰਥ ਅਨੁਸਾਰ ਬੁੱਧੀ ਵਿੱਚ ਨਿਸ਼ਚੈ ਬਹਿੰਦਾ ਹੈ ਬੈਰਿਸਟਰ ਪੜ੍ਹਦੇ ਹਨ ਤੇ ਜ਼ਰੂਰ ਨਿਸ਼ਚੈ ਹੋਵੇਗਾ ਕਿ ਇਹ ਬੈਰਿਸਟਰ ਬਣਨਗੇ ਫਲਾਣਾ ਸਰਜਨ ਸਾਡੀ ਸਰਜਨੀ ਸਰਜਰੀ ਕਰਦਾ ਹੈ ਤੇ ਉਹ ਸਰਜਨ ਬਣੇਗਾ ਇਹ ਸਾਰੀ ਵੰਡਰਫੁਲ ਚੀਜ਼ਾਂ ਹਨ ਜਿਹੜੀਆਂ ਤੁਸੀਂ ਹੁਣ ਜਾਣਦੇ ਹੋ ਤੇ ਇਸ ਤੇ ਤੁਹਾਨੂੰ ਪੱਕਾ ਪੱਕਾ ਨਿਸ਼ਚੈ ਹੋਣਾ ਚਾਹੀਦਾ ਹੈ ਦੀ ਬੇਹਦ ਦਾ ਨੀਰਾਕਾਰ ਬਾਪ ਸਾਨੂੰ ਪੜ੍ਹਾਉਂਦੇ ਹਨ ਰਾਜਯੋਗ ਸਿਖਾਉਂਦੇ ਹਨ ਹੁਣੇ-ਹੁਣੇ ਕਿੱਥੇ ਵੀ ਤੁਸੀਂ ਬਾਹਰ ਜਾਂਦੇ ਹੋ ਤੇ ਫਿਰ ਨਿਸ਼ਚੈ ਟੁੱਟ ਪੈਂਦਾ ਹੈ ਵੰਡਰ ਹੈਗਾ ਨਾ ਭਗਵਾਨ ਆ ਕੇ ਪੜ੍ਹਾਉਂਦੇ ਹਨ ਜਿਸ ਨੂੰ ساری ਦੁਨੀਆ ਯਾਦ ਕਰਦੀ ਹੈ ਉਹੀ ਉਹ ਬਾਪ ਤੁਹਾਡੇ ਸਮੁਖ ਬੈ ਤੁਹਾਨੂੰ ਪੜ੍ਹਾਉਂਦਾ ਹੈ ਬੱਚੇ ਅੱਛੀ ਰੀਤੀ ਤਾਰਣ ਨਹੀਂ ਕਰਦੇ ਤਾਂ ਭੁੱਲ ਜਾਂਦੇ ਹਨ ਐਸ ਲਈ ਬਾਪ ਸਮਝਾਉਂਦੇ ਹਨ ਕਿ ਬੱਚੇ ਸਮੁਖ ਬਹਿ ਬਹਿ ਹੋਏ ਬਾਪ ਨੂੰ ਹਮੇਸ਼ਾ ਯਾਦ ਰੱਖੋ ਉਹਨਾਂ ਦੀ ਸ਼੍ਰੀਮਤ ਤੇ ਚੱਲੋ ਕਦਮ-ਕਦਮ ਲੇਕਿਨ ਚੱਲਣਗੇ ਨਹੀਂ ਤੇ ਫਿਰ ਬਾਪ ਨੂੰ ਸਮਾਚਾਰ ਵੀ ਨਹੀਂ ਦੇਣਗੇ ਤੇ ਬਾਪ ਨੂੰ ਪਤਾ ਪੈ ਜਾਂਦਾ ਹੈ ਕਿ ਬੱਚੇ ਹੁਣ ਨਹੀਂ ਹੈਗੇ ਬੱਚਿਆਂ ਦੀ ਰਹਿਣੀ ਕਰਣੀ ਆਦੀ ਦਾ ਸਾਰਾ ਸਮਾਚਾਰ ਬਾਪ ਕੋਲ ਹੁੰਦਾ ਹੈ ਤੇ ਬਾਪ ਨੂੰ ਵੀ ਮਾਲੂਮ ਪਵੇ ਉਸ ਰੀਤੀ ਫਿਰ ਸਮੇਂ ਪ੍ਰਤ ਸਮੇਂ ਰਾਏ ਦੇਣੀ ਪੈਂਦੀ ਹੈ ਕਦਮ ਕਦਮ ਸ਼੍ਰੀਮਤ ਲੈਣੀ ਪੈਂਦੀ ਹੈ ਇਹ ਗੋਡ ਫਾਦਰਲੀ ਸਟੂਡੈਂਟ ਯੂਨੀਵਰਸਿਟੀ ਹੈਗੀ ਇਸ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਐਵੇਂ ਨਹੀਂ ਕਿ ਅੱਜ ਪੜ੍ਹੇ ਫਿਰ ਕੱਲ ਕੋਈ ਕੰਮ ਪੈ ਗਿਆ ਤੇ ਪੜਾਈ ਮਿਸ ਕਰ ਦਿੱਤੀ ਇਹ ਤੇ ਪਾਈ ਪੈਸੇ ਦੇ ਕੰਮ ਹਨ ਇਸ ਦੁਨੀਆ ਦੀ ਕਮਾਈ ਤੇ ਪਾਈ ਪੈਸੇ ਦੀ ਹੈ ਇਹ ਕੋਈ ਰਹਿਣ ਵਾਲੀ ਥੋੜੀ ਹੈ ਸਭ ਖਤਮ ਹੋ ਜਾਣੀ ਹੈ ਬਾਪ ਕਮਾਉਂਦੇ ਹਨ ਬੱਚਿਆਂ ਦੇ ਲਈ ਸਮਝਦੇ ਹਨ ਸਾਡੇ ਪੁੱਤਰ ਪੋਤਰੇ ਖਾਣਗੇ ਫਿਰ ਬੱਚੇ ਜਦੋਂ ਬਾਪ ਬਣਨਗੇ ਉਹ ਆਪਣੇ ਬੱਚਿਆਂ ਦੇ ਲਈ ਕਮਾਈ ਕਰਨ ਲੱਗ ਪੈਣਗੇ ਫਿਰ ਤੇ ਵਿਨਾਸ਼ ਸਾਹਮਣੇ ਖੜਿਆ ਹੈ ਤੇ ਬਾਪ ਜਦ ਬੱਚਿਆਂ ਦਾ ਪੋਤਾ ਮੇਲ ਪਤਾ ਪਵੇ ਤਾਂ ਤੇ ਮਤ ਦੇਣਾ ਤੁਸੀਂ ਕਦਮ ਕਦਮ ਤੇ ਪੁੱਛਣਾ ਪੈਂਦਾ ਹੈ ਐਵੇਂ ਨਹੀਂ ਕਿ ਵੀ ਕਰਮ ਹੋ ਜਾਣ ਇਹ ਤਾਂ ਬੇहद ਦਾ ਘਰ ਹੈ ਬਾਪ ਬਹਿ ਸਮਝਾਉਂਦੇ ਹਨ ਜਿਵੇਂ ਹੂ ਬੂ ਹੱਦ ਦੇ ਘਰ ਵਿੱਚ ਲੋਕਿਕ ਬਾਪ ਸਮਝਾਉਂਦੇ ਹਨ ਸਭ ਬੱਚੇ ਜਾਣਦੇ ਹਨ ਅਸੀਂ ਬ੍ਰਾਹਮਣ ਹਾਂ ਕੋਈ ਤੋਂ ਪੁੱਛੋ ਭਗਵਾਨ ਤੁਹਾਡਾ ਕੀ ਲੱਗਦਾ ਹੈ ਤੇ ਤੁਸੀਂ ਉਸ ਨੂੰ ਦੱਸੋ ਉਹਨੂੰ ਕਹੋ ਕਹਿਣਗੇ ਕਿ ਇਹ ਤੇ ਸਾਡਾ ਬਾਪ ਹੈ ਫਿਰ ਪੁੱਛੋ ਉਹ ਕਿੱਥੇ ਰਹਿੰਦਾ ਹੈ ਤੇ ਕਹਿਣ ਦੇਣਗੇ ਸਰਵਿਆਪੀ ਹੈ ਬੇहद ਦੇ ਬਾਪ ਨੂੰ ਤਾਂ ਕੋਈ ਜਾਣਦੇ ਹੀ ਨਹੀਂ ਤੁਸੀਂ ਬੱਚੇ ਹੁਣ ਬਾਪ ਨੂੰ ਚੰਗੀ ਤਰ੍ਹਾਂ ਜਾਣ ਗਏ ਹੋ ਤੁਸੀਂ ਦੇਵੀ ਮਤ ਤੇ ਚਲਦੇ ਹੋ ਬਾਪ ਆਏ ਹਨ ਦੇਵੀ ਦੇਵਤਾ ਬਣਾਉਣ ਦੇ ਲਈ ਕਦਮ ਕਦਮ ਸ਼੍ਰੀਮਤ ਤੇ ਚੱਲਣਾ ਪਵੇ ਪੰਡੇ ਲੋਗ ਯਾਤਰਾ ਤੇ ਜਾਂਦੇ ਨੇ ਤੇ ਖਬਰਦਾਰ ਕਰਦੇ ਰਹਿੰਦੇ ਨੇ ਕਹਿੰਦੇ ਨੇ ਸੰਭਲ ਕੇ ਚੱਲੋ ਇਹ ਇੱਥੇ ਵੀ ਅਯੋ ਯਾਤਰਾ ਹੈ ਇੱਥੇ ਕੋਈ ਤੀਰਥਾਂ ਤੇ ਨਹੀਂ ਜਾਣਾ ਤੁਸੀਂ ਯਾਦ ਦੀ ਯਾਤਰਾ ਵਿੱਚ ਰਹਿੰਦੇ ਹੋ ਹੁਣ ਬਾਪ ਚੰਗੀ ਤਰ੍ਹਾਂ ਬੈ ਸਮਝਾਉਂਦੇ ਨੇ ਮਿੱਠੇ ਬੱਚੇ ਹੁਣ ਇੱਕ ਬਾਪ ਦਾ ਪਰਿਚੈ ਤੁਸੀ ਸਭ ਨੂੰ ਦੇਵੋ ਇਸ ਸਮੇ ਸਾਰੀ ਦੁਨੀਆ ਨਿੱਦਨ ਕੇ ਬਨ ਗਈ ਹੈ ਤੁਸੀਂ ਧਣੀ ਦੇ ਹੋ ਬਾਪ ਦੁਆਰਾ ਤੁਹਾਨੂੰ ਸਭ ਕੁਝ ਮਿਲਦਾ ਹੈ ਬਾਪ ਤੁਹਾਨੂੰ ਸਭ ਸਮਝਾਉਂਦੇ ਹਨ ਕਹਿੰਦੇ ਹਨ ਤੁਸੀਂ ਕਹਿੰਦੇ ਵੀ ਆਏ ਹੋ ਅਸੀਂ ਨੀਚ ਪਾਪੀ ਹਾਂ ਭਲਾ ਐਸ ਇਹੋ ਜਾਂ ਨੀਚ ਕਿਸ ਨੇ ਬਣਾਇਆ ਕਿਸ ਨੂੰ ਵੀ ਪਤਾ ਨਹੀਂ ਹੈਗਾ ਕੋਈ ਵੀ ਆਪਣੇ ਨੂੰ ਮੂਰਖ ਸਮਝਦੇ ਕੋ ਨਹੀਂ ਇਹ ਡਰਾਮਾ ਅਨਾਦੀ ਬਣਿਆ ਬਣਾਇਆ ਹੋਇਆ ਹੈ ਸਭ ਨੇ نیچے ਜਾਣਾ ਹੀ ਹੈ ਭ੍ਰਸ਼ਟਾਚਾਰੀ ਬਨਣਾ ਹੀ ਹੈ ਇਹ ਡਰਾਮਾ ਅਨਾਦੀ ਬਣਿਆ ਹੋਇਆ ਹੈ ਹੁਣ ਬਾਪ ਬੱਚਿਆਂ ਨੂੰ ਆਖਦੇ ਸਨ ਤੁਸੀਂ ਬੱਚੇ ਪ੍ਰਦਰਸ਼ਨੀ 'ਚ ਸਮਝਾਉਂਦੇ ਹੋ ਪ੍ਰਦਰਸ਼ਨੀ ਹੋਵੇ ਔਰ ਬੱਚੇ ਆਪਣੇ ਹੀ ਤੰਦੇ ਵਿੱਚ ਲੱਗੇ ਰਹਿਣ ਤੇ ਥੋੜੇ ਹੀ ਸਮਝਾ ਸਕਣਗੇ ਫਿਰ ਬਾਪ ਦਾ ਪਰਿਚੈ ਦੂਜਿਆਂ ਨੂੰ ਕਿਵੇਂ ਦੇ ਸਕਣਗੇ ਵਾਪ ਸਮਝ ਜਾਂਦੇ ਹਨ ਇਹ ਖੁਦ ਹੀ ਪੂਰਾ ਸਮਝਿਆ ਹੋਇਆ ਨਹੀਂ ਹੈ ਤਾਂ ਹੀ ਤਾਂ ਸਰਵਿਚ ਵਿੱਚ ਭਾਗਦਾ ਨਹੀਂ ਭਗਦਾ ਨਹੀਂ ਨਹੀਂ ਤੇ ਛੱਟ ਸਰਵਿਚ ਵਿੱਚ ਭਗਣਾ ਚਾਹੀਦਾ ਹੈ ਅੰਦਿਆਂ ਦੀ ਲਾਠੀ ਬਣਨਾ ਚਾਹੀਦਾ ਹੈ ਬਾਬਾ ਜਾਣਦੇ ਹਨ ਕਿਸ ਨੂੰ ਕਹਿਣਾ ਥੋੜੇ ਹੀ ਹੁੰਦਾ ਹੈ ਤੁਸੀਂ ਸੇਵਾ ਵਿੱਚ ਆਪੇ ਹੀ ਜਾਓ ਆਪੇ ਹੀ ਜਾਣ ਵਾਲਿਆਂ ਨੂੰ ਸਰਵਿਸ ਦਾ ਸ਼ੌਂਕ ਰਹਿੰਦਾ ਹੈ ਮਨੁਸ਼ਿਆਂ ਨੂੰ ਕੋਡੀ ਤੋਂ ਹੀਰੇ ਜਿਹਾ ਬਣਾਉਣਾ ਹੈ ਜੇਕਰ 10 20 50 ਰੁਪਏ ਨਹੀਂ ਕਮਾਏ ਤੇ ਕੀ ਹੋ ਗਿਆ ਬਹੁਤਾਂ ਦਾ ਕਲਿਆਣ ਤੇ ਹੋਵੇਗਾ ਨਾ ਪਰੰਤੂ ਪੂਰੀ ਪਹਿਚਾਨ ਨਹੀਂ ਹੈ ਕੋਟਿਆਂ ਵਿੱਚ ਕੋਈ ਹੀ ਜਾਣਦੇ ਹਨ ਤੁਹਾਡੇ ਕੋਲ ਤੇ ਥੋੜੇ ਬੱਚੇ ਹਨ ਸਰਵੀਸੇਬਲ ਤੁਸੀਂ ਬੱਚਿਆਂ ਨੂੰ ਨਿਰਅਹੰਕਾਰੀ ਵੀ ਬਣਾਣਾ ਪਵੇਗਾ ਹੱਡ ਵਿੱਚ ਵੀ ਬੜੀ ਨਮਰਤਾ ਹੋਣੀ ਚਾਹੀਦੀ ਹੈ। ਬਾਪ ਨੂੰ ਵੇਖੋ ਕਿੰਨਾ ਨਿਰਅਹੰਕਾਰੀ ਹੈਗਾ। ਕੋਈ ਕੋਈ ਬੱਚਿਆਂ ਵਿੱਚ ਤੇ ਬਥੇਰਾ ਹੰਕਾਰ ਹੁੰਦਾ ਹੈ। ਜਿਉ ਜਾ ਕਰਮ ਮੈਂ ਕਰਾਂਗੀ ਮੈਨੂੰ ਵੇਖ ਔਰ ਕਰਨਗੇ। ਉਸ ਦਾ ਡੰਡ ਉਸ ਦੀ ਅਵਸਥਾ ਫਿਰ ਗਿਰ ਜਾਵੇਗੀ। ਬਾਬਾ ਆਖਦੇ ਹਨ ਬੱਚੇ ਤੁਸੀਂ ਸਭ ਕੁਝ ਆਪਣੇ ਹੱਥਾਂ ਨਾਲ ਕਰਨਾ ਹੈ। ਬਾਬਾ ਕਿੰਨੀ ਸਧਾਰਨ ਰੀਤੀ ਪੜ੍ਹਾਉਂਦੇ ਹਨ ਮਨੁष्य ਤੇ ਸਮਝਦੇ ਹਨ ਕਿ ਉਹੀ ਉਹ ਸਰਵਸ਼ਕਤੀਵਾਨ ਹੈ ਕਿਉਂ ਨਹੀਂ ਕਰ ਸਕਦਾ ਪਰੰਤੂ ਬਾਪ ਆਖਦੇ ਹਨ ਮੈਂ ਤਾਂ ਸਰਵੈਂਟ ਬਣ ਕੇ ਆਨਾ ਹਾਂ ਕਹਿੰਦੇ ਵੀ ਹਨ हे ਗਿਆਨ ਦੇ ਸਾਗਰ ਪਤਿਤ ਪਾਵਨ ਆਓ ਸੁਖ ਦੇ ਸਾਗਰ ਆਓ ਆ ਕੇ ਸਾਨੂੰ ਪਤਿਤਾ ਨੂੰ ਪਾਵਨ ਬਣਾਓ ਬਾਪ ਨੂੰ ਆ ਕੇ ਇਹੋ ਜੀ ਸਰਵਿਸ ਕਰਨੀ ਪੈਂਦੀ ਹੈ ਕਿੱਥੇ ਜਾ ਕੇ ਰਹਿਣਾ ਪੈਂਦਾ ਹੈ ਦੇਖੋ ਕਿਵੇਂ-ਕਿਵੇਂ ਦੇ ਵਿਗਨ ਪੈਂਦੇ ਨੇ ਇਹ ਸਾਰੇ ਵਿਗਨ ਡਰਾਮਾ ਵਿੱਚ 파ਟ ਹਨ ਜਿਹੜੇ ਆਣੇ ਹੀ ਹਨ ਆਪਤਾ ਤੋਂ ਵੀ ਹੈ ਤੁਹਾਡੇ ਵਿਕਰਮਾ ਨੂੰ ਤੋਂ ਕੇ ਸ਼ੁੱਧ ਕਰਨ ਆਇਆ ਹੈ ਤੇ ਸੁਨਾਰ ਵੀ ਹੈ ਸਭ ਦੀ ਬੁਰਾਈਆਂ ਨੂੰ ਗਲਾ ਕੇ ਸੱਚਾ ਸੋਨਾ ਬਣਾਉਂਦੇ ਹਨ ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰ ਹੈ ਬਾਪ ਸਮਾਨ ਨਿਰਅਹੰਕਾਰੀ ਨਰਮ ਚਿੱਤ ਬਨਣਾ ਹੈ ਆਪਣੀ ਸੇਵਾ ਆਪਣੇ ਹੱਥੀ ਕਰਨੀ ਹੈ ਕਿਸੇ ਦੀ ਕਿਸੇ ਵੀ ਗੱਲ ਦਾ ਅਹੰਕਾਰ ਨਹੀਂ ਵਿਖਾਣਾ ਸਰਵਿਸ ਦੇ ਲਈ ਸਦਾ ਤਿਆਰ ਰਹਿਣਾ ਹੈ ਸਰਵਿਸ ਦੇ ਲਈ ਸਵੈਮ ਨੂੰ ਆਪੇ ਹੀ ਆਫਰ ਕਰਨਾ ਚਾਹੀਦਾ ਹੈ ਸਾਰੇ ਮਨੁੱਖਾਂ ਨੂੰ ਕੋੜੀ ਤੋਂ ਹੀਰੇ ਜਿਹਾ ਬਣਾਉਣ ਦੀ ਸੇਵਾ ਕਰਨੀ ਹੈ। ਵਰਦਾਨ ਹੈ ਸੰਪੰਨਤਾ ਦੇ ਆਧਾਰ ਤੇ ਸੰਤੁਸ਼ਟਤਾ ਦਾ ਅਨੁਭਵ ਕਰਾਉਣ ਵਾਲੇ ਸਦਾ ਤ੍ਰਿਪਤ ਆਤਮਾ ਭਵ ਜੋ ਸਦਾ ਵਰਪੂਰ ਅਤੇ ਸੰਪੰਨ ਰਹਿੰਦੇ ਹਨ ਉਹੀ ਉਹ ਤ੍ਰਿਪਤ ਹੁੰਦੇ ਹਨ। ਚਾਹੇ ਕੋਈ ਕਿੰਨਾ ਵੀ ਅਸੰਤੁਸ਼ਟ ਕਰਨ ਦੀ પરિਸਥਿਤੀ ਆ ਜਾਵੇ, ਲੇਕਿਨ ਸੰਪਨ ਅਤੇ ਤ੍ਰਿਪਤ ਆਤਮਾ ਅਸੰਤੁਸ਼ਟ ਕਰਨ ਵਾਲੇ ਨੂੰ ਵੀ ਸੰਤੁਸ਼ਟਤਾ ਦਾ ਗੁਣ ਸਹਿਯੋਗ ਦੇ ਰੂਪ ਵਿੱਚ ਦੇਵੇਗੀ। ਇਹੋ ਜੀ ਆਤਮਾ ਹੀ ਰਹਿਮ ਦਿਲ ਬਣ, ਸ਼ੁਭ ਪਾਵਨਾ ਔਰ ਸ਼ੁਭ ਕਾਮਨਾ ਦੇ ਨਾਲ ਉਹਨਾਂ ਨੂੰ ਪਰਵਰਤਨ ਕਰਨ ਦੀ ਪਰਿਆਤਨ ਕਰੇਗੀ। ਰੂਹਾਨੀ ਰਾਇਲ ਆਤਮਾ ਦਾ ਅਹੀਓ ਸ੍ਰੇਸ਼ਟ ਕਰਮ ਹੁੰਦਾ ਹੈ। ਸਲੋਗਨ ਹੈ ਯਾਦ ਅਤੇ ਸੇਵਾ ਦਾ ਡਬਲ ਲੋਕ ਲਗਾ ਲੈਵੋ ਤੇ ਮਾਇਆ ਕਦੇ ਆ ਨਹੀਂ ਸਕਦੀ ਯਾਦ ਅਤੇ ਸੇਵਾ ਦਾ ਡਬਲ ਲੋਕ ਲਗਾਓ ਤੇ ਮਾਇਆ ਕਦੇ ਵੀ ਨਹੀਂ ਆ ਸਕਦੀ ਓਮ ਸ਼ਾਂਤੀ